अगे वधदे खबर च थाणा रेलवे पुलिस पटियाला दे वलों रेल गड्डी दे अंदरों 2 किलो अफीम बरामद की गई। राजपुरा रेलवे स्टेशन तो 2 किलो अफीम समेत एक व्यक्ति नूं गिरफ्तार किया गया। थाणा रेलवे पुलिस इंचार्ज जसविंदर सिंह ने दस्या है कि जिस पासों 2 किलो अफीम बरामद हुई है वह उसने अगे सप्लाई करनी सी। यह अफीम झारखंड तो लियाया सी ते रेलवे पुलिस ने दोषी नूं हिरासत दे विच लैके मामला दर्ज करके कार्रवाई शुरू कर दी। ਰਵਿੰਦਰ ਸਿੰਘ ਇੰਚਾਰਜ CIA GRP ਰਾਜਪੁਰਾ ਨੇ ਸਮੇਤ ਸਟਾਫ ਰੇਲਵੇ ਸਟੇਸ਼ਨ ਰਾਜਪੁਰਾ ਦੇ ਇੱਕ ਵਿਅਕਤੀ ਬਲੇਸ਼ਵਰ ਮਹਾਤੋ ਵਾਸੀ ਰਾਂਚੀ ਝਾਰਖੰਡ ਨੂੰ 2 ਕਿਲੋ ਅਫੀਮ ਸਮੇਤ ਕਾਬੂ ਕੀਤਾ ਅਤੇ ਉਸਦੇ ਖਿਲਾਫ ਮੁਕਦਮਾ ਅਧੀਨ ਧਾਰਾ 18-88 NDP ਸੈਟ ਥਾਣਾ GRP ਟੜਾ ਦਰਜ ਕਰਵਾਇਆ ਅਤੇ ਤਫਤੀਸ਼ ਹਮਲੇ 'ਚ ਲਿਆਂਦੀ ਜਾ ਰਹੀ ਹੈ। ਇਹਨਾਂ ਵੱਲੋਂ ਦੱਸਣ ਅਨੁਸਾਰ ਇਹ ਝਾਰਖੰਡ ਤੋਂ ਲੈ ਕੇ ਆਇਆ ਸੀ ਕਿਸੇ ਅਣਜਾਣ ਬੰਦੇ ਵੱਲੋਂ। ਇਹਨੂੰ ਇਹ ਅਫੀਮ ਦਿੱਤੀ ਗਈ ਸੀ ਫਲੌਰ ਵਿਖੇ ਇਹਨੇ ਪਹੁੰਚਾਉਣੀ ਸੀ, ਪਰੰਤੂ ਇਹਨੂੰ ਉਸ ਬੰਦੇ ਦਾ ਨਾਮ ਪਤਾ ਨਹੀਂ ਪਤਾ। ਇਹ ਕਹਿੰਦਾ ਵੀ ਉਸਨੇ ਵੀ ਮੋਬਾਈਲ 'ਤੇ ਇਹਨੂੰ ਸੰਪਰਕ ਕਰਨਾ ਸੀ। ਇਸ ਮੁਤਾਬਕ ਇਹਦੇ ਇੱਕ ਮੁਕਦਮਾ ਸੈਟ ਦਾ ਦਿੱਲੀ ਦਰਜ ਹੈ। ਉਹਦੇ ਬਾਰੇ ਅਸੀਂ ਬਾਕੀ ਪੜਤਾਲ ਰਿਕਾਰਡ ਕਰਾਂਗੇ ਉਹਦਾ ਵੀ ਇਹਦੇ ਕਿਆ ਰਿਕਵਰੀ ਸੀ ਅਤੇ ਉਹ ਮੁਕਦਮੇ ਦਾ ਕੀ ਬਣਿਆ। ਮੁਕਦਮਾ ਅਧੀਨ ਧਾਰਾ 18-65 NDP ਸੈਟ ਦਰਜ ਰਜਿਸਟਰ ਕੀਤਾ ਗਿਆ। FIR ਨੰਬਰ 37